अस्सलाम वालेकुम दोस्तों, ये देखें पंजाब के एक विलेज में हम मौजूद हैं और यहाँ पे कबूतरबाजी का एक मुकाबला हो रहा है। तो यहाँ पे हम मौजूद हैं और दो पार्टियाँ यहाँ पे मौजूद हैं और ये कबूतरों को आपस में लड़वा रहे हैं। कबूतरों को ये फिज़ा में बुलंद करते हैं और वहीं पे ही कबूतरों को मिक्स करवाते हैं। ये देखें दोस्तों, बहुत ही ज़बरदस्त इसका लॉफ्ट है, बहुत प्यारा लॉफ्ट है इसका, और तकरीबन 100 के लगभग इसके पास पिजन्स होंगे। खूबसूरत पिजन है, इनके परवाजी रंगदार कबूतर हैं। ये देखें, ये जाली बॉस तैयार बैठा हुआ है। ये देखें दोस्तों, पकड़ लिया है इसने कबूतर। उसा जी केड़ा है कबूतर, दिखाओ जरा केड़ा है। कुटी डाल दी गई है कबूतरों को बुलाने के लिए। ये देखें कबूतर आ गए हैं वापस। ये जालीबाज यहाँ पे तैयार बैठा है। ठीक है ठीक है, और कितने क्या थे कबूतर वापस चला गया था। कबूतरों की वीडियो देखने के लिए हमारे चैनल को सब्सक्राइब कीजिए, लाइक शेयर और कमेंट ज़रूर कीजिएगा और कमेंट में बताइएगा कि ये वीडियो आपको कैसी लगी है। दोस्तों ये रंगदार परवाजी कबूतर हैं, बहुत ही खूबसूरत। ये देखें दोस्तों, पकड़ने की कोशिश की थी लेकिन चला गया था कबूतर। फिर से इन्होंने कबूतर उड़ा दिए हैं फिज़ा में। ये देखें दोस्तों, ये मिक्स हो गए हैं और अभी ये बुलाएंगे कबूतरों को अपने लॉफ्ट पे। ये देखें ये बुला रहे हैं, इनके हाथ में एक बाल्टी है और उसमें दाना है और ये दाना दिखा के कबूतरों को बुलाते हैं। लाइया
ਸਾ ਜੀ ਕਿਤਨੀ ਹਨ ਕਬੂਤਰ ਤੁਹਾਡੇ? ਅਰੇ 90 ਕਬੂਤਰ ਹੈ। ਅੱਛਾ, ਤੇ ਵਧੀਆ ਨਹੀਂ ਆਈ? ਮੈਂ ਆਮ ਵਾਲੇ ਨਾ ਹੈ, ਬਹੁਤ ਵਧੀਆ ਕਬੂਤਰ ਹੈ। ਅੱਛਾ, ਕਿਤਨੇ ਕਿਤਨੇ ਵਾਲਾ ਹੈ? ਵਧੀਆ ਚ ਵਧੀਆ ਜਿਹੜਾ ਤੁਹਾਡੇ ਕੋਲ ਬੈਠਾ ਹੈ। ਇਹ ਤਾਂ ਜਿਹੜਾ 5000 ਦਾ ਕਬੂਤਰ ਹੈ, ਦਿਖਾ ਜਰਾ 5000 ਵਾਲਾ। ਦੇਖੇ ਦੋਸਤੋ, ਇਹ ਇਨਕੇ ਲਾਫਟ ਪੇ ਕਬੂਤਰ ਮੌਜੂਦ ਹੈ। ਇਹ ਪ੍ਰਵਾਸੀ ਕਬੂਤਰ ਹੈ, ਤੋ ਇਹ ਕਹਤੇ ਹੈ ਇਹ 5000 ਰੁਪਏ ਕਾ ਕਬੂਤਰ ਹੈ। ਕਿਆ ਨਾਮ ਹੈ ਇਸ ਕਬੂਤਰ ਕਾ? ਕਾਲਾ ਖਾਲ। ਕਾਲਾ ਖਾਲ ਜੀ। ਅੱਛਾ, ਛੋੜ ਦਿੱਤੇ ਜੀ? ਨਹੀਂ ਨਹੀਂ। ਬੀਆ ਬੀਆ ਇਹਨਾਂ ਕੋਲ ਕੋਈ ਚੰਗਾ ਜਿਹੜਾ ਹੋਵੇ ਉਹ ਦਿਖਾਓ। ਬਸ ਢੇਰ ਚੰਗੇ ਹਨ, ਤੁਹਾਨੂੰ ਕਿਹੜਾ ਕਿਹੜਾ ਫਰਨਾ? ਕੋਈ ਇੱਕ ਦਿਖਾਓ ਜੀ। ਇਹ ਚੰਗਾ ਕਬੂਤਰ ਹੈ। ਇਹ ਕਿਹੜਾ ਹੈ? ਇਹ ਸਭ ਦੇ ਜੀ। ਇਹਦੀ ਕੀ ਕੀਮਤ ਹੋਵੇ ਸਭ ਦੀ? ਮੈਂ ਆਪੋ ਆਪਣਾ ਬਰੇ ਚਾਹ ਨਹੀਂ ਲੈ ਜਾਦੇ ਜੀ। ਇਹ ਆਣਾ ਇਹ ਕਿਹੜਾ ਹੈ? ਇਹ ਕੁਛ ਹੋਣੀ ਨਾ ਹੋਵੇ। ਇਹ ਕਿਹੜਾ ਕਬੂਤਰ? ਇਹ ਪਟੇਲ ਹੈ। ਪਟੇਲ ਜੀ। ਇਹਦੀ ਕੀ ਕੀਮਤ ਹੈ? ਇਹਦਾ 5000 ਰੁਪਿਆ। 5000 ਪੱਕਾ ਇਹਦਾ? ਜੀ। ਅੱਛਾ, ਕੋਈ ਗਿਣਨਾ ਚਾਹੇ ਤਾਂ ਪਿੱਛੇ 150 ਨਾ ਦੇ ਦੇ। ਬਿਲਕੁਲ ਕਹਿਣਾ ਦੇ। ਇਹਦੀ ਖਾਸੀਅਤ ਕੀ ਹੈ? ਤੁਸੀਂ 5 ਤੇ ਸਾਰਾ ਸ਼ੌਕ ਦਾ ਕਬੂਤਰ ਰੱਖਣਾ? ਨਹੀਂ ਨਹੀਂ, ਸ਼ੌਕ ਦਾ ਤਾਂ ਹੈ। ਇਹ ਉੱਡਣ ਵਾਲਾ ਕਬੂਤਰ ਹੈ। ਉੱਡਣ ਵਾਲਾ ਹੈ? ਕਿੰਨੀ ਦੇਰ ਤੱਕ ਉੱਡਦਾ ਰਹੇ? ਇੱਕ ਘੰਟਾ ਪੂਰਾ ਘੰਟਾ ਉੱਡਦਾ ਰਹੇ। ਹਾਂ ਅੱਛਾ, ਇਹ ਵਾਲਾ ਇਹ ਉੱਡਣ ਵਾਲਾ ਨੇ ਜੋ ਜਾਂ ਦੇਖ ਇੱਕੋ ਜਾਂ ਖੋਕੇ ਨੇ ਬੇਸ਼ੱਕ ਇੱਕੋ ਕਮ ਜਾਂ ਕੇ ਉਤਾਰਾ ਕੇ ਉਥੇ ਹੀ ਲਾ ਦੇ। ਅੱਛਾ ਹਾਂ, ਜਿੱਤਣ ਵਾਲਾ ਖੋਕਾ ਚਾਹੀਦਾ ਤੇਰਾ ਪਿੱਛੋਂ ਬਤਾ। ਅੱਛਾ, ਕੀਮਤ ਵਾਲਾ ਕਬੂਤਰ ਹੈ। ਲਿਖਾ ਅਸੀਲ ਦੇਖੇ ਦੋਸਤੋ, ਇਹ ਅਸੀਲ ਕਬੂਤਰ ਇਨਕੇ ਪਾਸ ਮੌਜੂਦ ਹੈ ਔਰ ਕੀਮਤ ਵਾਲਾ ਹੈ। ਬਹੁਤ ਹੀ ਖੂਬਸੂਰਤ ਜੇ ਪਿਜਨ ਹੈ ਇਨਕੇ ਪਾਸ। ਕਿਹੜਾ ਹੈ ਕਬੂਤਰ? ਕੀ ਨਜ਼ਰ ਤੇਰੇ ਕਬੂਤਰ ਦੀ ਮਸ਼ਹੂਰੀ ਥੀ ਹੋਣੀ ਹੈ ਨਾ? ਇਹ ਕਹਿਣਾ 15000 ਵਾਲਾ ਸਵੇਰੇ ਮੈਂ ਸੁਣੀ ਇੱਥਾਂ ਸਵੇਰੇ ਹੇ ਕਾਰਾ ਜੀ ਹਾਂ ਇਹ ਕਾਲੀ ਦਾ ਖੋਖਾ ਬੀਆ ਕਹਿੰਦਾ ਹੈ ਮੈਂ ਦੇ ਦੇ ਦੂ 20 ਤਰ੍ਹਾਂ ਦੇ ਤਲਾ ਕਿਤਨੇ ਤਰਾਇ ਖੋਖੇ ਨੇ ਦੂ ਹੈ ਦੂ ਹੈ ਕਿਤਨੀ ਵਜੇ 5 ਵਜੇ ਹਾਂ ਸਮੇਂ ਜਾ ਸੁਣਾ ਨਹੀਂ ਖਾਂ ਖਾਂ ਜੇ ਤਾਂ ਮੈਨੂੰ ਲੱਗਦੇ ਜਾ ਤੇ ਚਲੋ ਹੁੰਦਾ ਨਹੀਂ ਹੈ ਸਵੇਰੇ ਆਉਂ 5 ਵਜੇ ਹੈ ਨੰਬਰ ਕੀਤਾ ਕਰੋ। ਅੱਛਾ, ਨਾ ਕਾਲੀ ਦਾ ਨੰਬਰ ਮੇਰੇ ਕੋਲ ਹੈ ਪਿਆ।
ਇਹ ਕਾਰ ਘਾਟ ਵਾਲਾ ਸਾਡੇ ਪਾਸੇ ਆਇਆ ਕਰੋ ਤਾਂ ਉਹਨਾਂ ਛੇ ਛੇ ਸੱਤ ਸੱਤ ਖੋਖੇ ਕਿਹੜੀ ਜਾਤ ਹੈ ਹਸਾਨਪੁਰ ਆਏ ਅੱਲਾ ਦਾ ਬੰਦਾ ਹਸਾਨਪੁਰ ਕਈ ਦਫਾ ਆਨ ਹੈ ਉਹ ਉਥਾਂ ਆਪਣਾ ਮੱਲੇਕਾਲੇ ਦੇ ਉੱਤੇ ਮੱਲੇਕਾਲੇ ਹੁਣ ਹੁੰਦੇ ਮੱਲੇਕਾਲ ਤੇ ਰੋਜ਼ ਹੁੰਦੇ ਪਿਆ ਕੱਲ ਆਈ ਅੱਜ ਇਹ ਪਿਆ ਨਹੀਂ ਨਹੀਂ ਰੋਜ਼ ਆਉਂਦਾ ਅਗਲੇ ਵਾਰ ਇਹ ਲੈਣ ਦੇ ਇਡੋ ਜਿੱਥੇ ਸੁਫੈਦੇ ਖਣਨ ਹਾਂ ਛੱਪਰੀ ਦਾ ਜਿਹੜਾ ਬੱਟਾ ਗੜਾ ਉਹ ਤਾਂ ਛੀ ਖੋਕੇ ਲੜਾਈ ਰਹਿ ਗਿਆ ਨਹੀਂ ਨਹੀਂ ਰੋਜ਼ ਦੇ ਉੱਤੇ ਕਾਰਾ ਰੋਜ਼ ਦਾ ਹੁੰਦਾ ਚਲੋ ਮੈਂ ਇਹ ਨੰਬਰ ਤੇ ਰਖਿੰਦਾ ਹਾਂ ਹਾਂ ਤੇ ਮੈਂ ਬੜਾ ਘਿਨਾ ਵੀਡੀਓ ਵੱਲ ਤੇ ਆਪਣਾ ਨੰਬਰ ਖਿੰਦਾ ਹੈ ਇਹ ਤੇਰਾ ਵੀਡੀਓ ਵਾਲਾ ਚੱਲ ਸੀ ਕਿਆ ਇਹਦਾ ਨੰਬਰ ਕਿਆ ਲੱਗ ਸੀ ਮੈਂ ਤਾਂ ਸਾਰਾ ਦੱਸਾ ਦੇਣਾ YouTube ਚੱਲੇਂਦੇ ਰਹਿੰਦੇ ਵੇ ਕਿਆ ਨਾ ਜੀ ਚੱਲੇਂਦੇ ਰਹਿੰਦੇ ਵੇ जुमे डिमारी होंगे वे उ ਅਸਰਾ ਲੱਗਾ ਰਹਿ ਬੰਦੇ ਅੱਛਾ ਸਭ ਕੋ ਅਸਲ ਟਾਈਮ ਮਿਲਦਾ ਜੁਮੇ ਵਾਲੇ ਨੂੰ ਮਾਰ ਉਥਾਂ ਆਪਣਾ ਜਿਹੜਾ ਮੱਲੇ ਕੱਲ ਦੇ ਉੱਤੇ ਅਸਾਂ ਵੀਡੀਓ ਬਣਾਉਂਦੇ ਆਸੇ ਉਹ ਮੇਰੇ ਚੈਨਲ ਤੋਂ ਤੇ ਦਰੇ ਵੀਡੀਓ ਲੱਗੀਆਂ ਫਿਰ ਚੱਲਦਾ ਅਸਾਂ ਢੇਰ ਲਿਠੇ ਰਹਿੰਦੇ ਲਿਠੇ ਰਹਿੰਦੇ ਹੋ ਨਾ ਕਾਰੇ ਨਾਲ ਬਗੈਰ ਖੋਖਿਆਂ ਦਾ ਪਰ ਖੋਖਿਆਂ ਨਾਲ ਆਇਆ ਪਰ ਕੱਕਾ ਰਾਇ ਪਰ कबूतर बाजरी कितने पैदा करना है